ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟ੍ਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਤੇ ਵਰਲਡਵਾਈਡ ਗਲੋਬਲ CPN ਜਾਦੂ, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ 1984 ਤੋਂ ਬਾਅਦ ਚੱਲੇ ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦਾ ਜਿਹੜਾ ਇਸ਼ੂ ਹੈ ਉਹ ਇੱਕ ਵੱਖਰਾ ਇਸ਼ੂ ਹੈ ਅਤੇ ਬਹੁਤ ਹੀ ਜ਼ਿਆਦਾ, ਜਿਹਨੂੰ ਅਸੀਂ ਕਹਿ ਲਈਏ ਕਿ ਉਹ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਇਸ਼ੂ ਹੈ। ਇਸ ਇਸ਼ੂ ਨੂੰ ਜਦੋਂ ਅਸੀਂ ਦੇਖਦੇ ਹਾਂ, ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕਰਦੇ ਹਾਂ, ਇਨਸਾਫ਼ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਪੁਲਿਸ ਵੱਲੋਂ, ਸਿਕਿਉਰਿਟੀ ਫੋਰਸਿਸ ਵੱਲੋਂ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ, ਡਿਸਅਪੀਅਰੈਂਸਿਸ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ, ਉਹਦਾ ਕਿਤੇ ਨਾ ਕਿਤੇ ਜਿਹੜਾ ਇੱਕ ਨਿਸ਼ਾਨ ਹੈ ਉਹ ਜ਼ਰੂਰ ਅੱਜ ਦੇਖਣ ਨੂੰ ਮਿਲਦਾ। ਇਸੇ ਲੜੀ ਦੇ ਤਹਿਤ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਹਿਚਾਣ ਦੇਣ ਦੀ ਜਿਹੜੀ ਗੱਲ ਸੀ ਉਹਦੀ ਸ਼ੁਰੂਆਤ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਪਿਛਲੇ ਦਿਨੀ ਪੀਪਲਸ ਟ੍ਰਿਬਿਊਨਲ ਵੱਲੋਂ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 8,257 ਇੱਦਾਂ ਦੇ ਕੇਸਿਸ ਉਹਨਾਂ ਨੇ ਅਨਅਰਥ ਕੀਤੇ ਆ ਜਿਹਦੇ ਵਿੱਚ ਉਹਨਾਂ ਕੋਲ ਐਵੀਡੈਂਸ ਮੌਜੂਦ ਹੈ ਕਿ ਜਿਹੜੀਆਂ ਅਨਆਈਡੈਂਟੀਫਾਈਡ ਲਾਸ਼ਾਂ ਕਹਿ ਕੇ ਡਿਸਅਪੀਅਰ ਕਰ ਦਿੱਤੀਆਂ ਗਈਆਂ ਸੀ, ਸਾੜ ਦਿੱਤੀਆਂ ਗਈਆਂ ਸੀ, ਉਹਨਾਂ ਦੇ ਸਬੂਤ ਉਹਨਾਂ ਕੋਲ ਮੌਜੂਦ ਨੇ। ਅਗਲੇਰੀ ਕਾਰਵਾਈ ਲਈ ਉਹਨਾਂ ਨੇ ਇਹ ਰਿਪੋਰਟ 10 ਨਵੰਬਰ ਨੂੰ ਜਨਤਕ ਤੌਰ 'ਤੇ ਦਿੱਲੀ ਦੇ ਵਿੱਚ ਰਿਲੀਜ਼ ਕਰਨੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਕਾਰਵਾਈ ਹੈ ਉਹ ਫਾਈਲ ਕਰਨ ਦੀ ਜਿਹੜੀ ਗੱਲ ਹੈ ਉਹ ਉਹਨਾਂ ਵੱਲੋਂ ਕਹੀ ਗਈ ਹੈ। ਸੋ ਜਦੋਂ ਅਸੀਂ ਇਹ ਸਾਰੇ ਡਿਸਅਪੀਅਰੈਂਸਿਸ ਦੀ ਗੱਲ ਕਰਦੇ ਹਾਂ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਗੱਲ ਕਰਦੇ ਹਾਂ, ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਕਿ ਕਰੀਬ 9,000 ਦੇ ਕਰੀਬ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਪੁਖਤਾ ਸਬੂਤ ਹੋਣ ਦੀ ਗੱਲ ਸਾਹਮਣੇ ਆਉਣਾ। ਇਹ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪਰਮਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਜੀ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਇਹ ਸਾਰਾ ਜਿਹੜਾ ਇਸ਼ੂ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਤੇ ਮੀਡੀਆ ਵੱਲੋਂ ਵੀ ਇਹਨੂੰ ਕੈਰੀ ਕੀਤਾ ਗਿਆ, ਕੀ ਸਮਝਦੇ ਹੋ ਇਹਦੀ ਕਿੰਨੀ ਕੁ ਇੰਪੋਰਟੈਂਸ ਹੈ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ? ਹਾਲਾਂਕਿ ਕਿ ਸਾਡੇ ਕੋਲ ਅਜੋਕੇ ਇਤਿਹਾਸ ਦੇ ਵਿੱਚ ਅਸੀਂ ਇੱਦਾਂ ਦਾ ਕੋਈ ਨੰਬਰ ਵੀ ਨਹੀਂ ਉਹ ਕਰ ਪਾਏ ਜਿਹਨੂੰ ਅਸੀਂ ਕਹਿ ਸਕੀਏ ਕਿ ਇੰਨੇ ਬੰਦੇ ਜਾਂ ਇੰਨੇ ਸਿੱਖ ਨੌਜਵਾਨ ਪੁਲਿਸ ਵੱਲੋਂ, ਸਿਕਿਉਰਿਟੀ ਫੋਰਸਿਸ ਵੱਲੋਂ ਮਾਰ ਮੁਕਾਏ ਗਏ ਆ, ਸ਼ਹੀਦ ਕੀਤੇ ਗਏ ਆ। ਉਸ ਲੜੀ ਦੇ ਤਹਿਤ ਜਿਹੜਾ ਇਹ ਖੁਲਾਸਾ ਪੀਪਲਸ ਟ੍ਰਿਬਿਊਨਲ ਵੱਲੋਂ ਕੀਤਾ ਗਿਆ, ਇਹਦੀ ਕੀ ਅਹਿਮੀਅਤ ਹੈ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਨੂੰ ਪਹਿਚਾਣ ਦੇਣ ਦੀ ਗੱਲ ਕਰਦੇ ਹਾਂ? ਹਾਂਜੀ ਬਿਲਕੁਲ, ਮੈਂ ਥੋੜਾ ਜਿਹਾ ਇਹਦੇ ਬਾਰੇ ਦੇ ਵਿੱਚ ਮੁੱਢਲੀ ਜੀ ਜਾਣਕਾਰੀ ਪਹਿਲੋਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਜੀ। ਜ਼ਰੂਰ। ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਗਰੁੱਪ ਦੇ ਵੱਲੋਂ ਇਹ ਜਿਹੜਾ ਉਪਰਾਲਾ ਆ ਉਹਦਾ ਪ੍ਰਬੰਧ ਕੀਤਾ ਗਿਆ ਸੀਗਾ ਤੇ ਇੰਡੀਪੈਂਡੈਂਟ ਪੀਪਲਸ ਟ੍ਰਿਬਿਊਨਲ ਉਹਨਾਂ ਨੇ ਬਿਠਾਇਆ ਜਿੰਨੀ ਇਹਨਾਂ ਮਾਮਲਿਆਂ ਦੇ ਉੱਪਰ ਸੁਣਵਾਈ ਕੀਤੀ। ਪਹਿਲਾਂ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਗਰੁੱਪ ਨੇ ਜਿੰਨੀ ਵੀ ਜਾਣਕਾਰੀ ਉਹਨਾਂ ਨੇ ਜਨਤਕ ਤੌਰ ਤੇ ਨਸ਼ਰ ਕੀਤੀ ਉਹਦੇ ਮੁਤਾਬਕ ਉਹਨਾਂ ਨੇ ਪੰਜਾਬ ਭਰ ਦੇ ਵਿੱਚੋਂ ਉਹਨਾਂ ਪਰਿਵਾਰਾਂ ਦੇ ਨਾਲ ਕੀਤਾ ਤੇ ਉਹਨਾਂ ਮਾਮਲਿਆਂ ਦੀ ਸ਼ਨਾਖਤ ਕੀਤੀ ਕਿ ਜਿਹਨਾਂ ਦੇ ਵਿੱਚ ਪਰਿਵਾਰਾਂ ਦੇ ਜੀਆਂ ਨੂੰ ਜੋ ਕਿ ਪੁਲਿਸ ਦੇ ਵੱਲੋਂ ਜਬਰ ਕੀਤਾ ਗਿਆ ਸੀ ਜੀ, ਤੇ ਜਿਹਨਾਂ ਮਾਮਲਿਆਂ ਦੇ ਵਿੱਚ ਕੋਈ ਖੂਨ ਜਾਂ ਸਬੂਤ ਜਿਹੜੇ ਆ ਉਹ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਬਚੇ ਹੋਏ ਨੇ। ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਵਿੱਚ ਇਸੇ ਸਾਲ 1 ਤੇ 2 ਅਕਤੂਬਰ 2017 ਨੂੰ ਇੰਡੀਪੈਂਡੈਂਟ ਪੀਪਲ ਟ੍ਰਿਬਿਊਨਲ ਦੇ ਵੱਲੋਂ ਸੁਣਵਾਈ ਕੀਤੀ ਗਈ ਜੀ। ਕੋਈ ਸਰਕਾਰੀ ਤੌਰ ਤੇ ਉੱਪਰ ਨਿਯਤ ਟ੍ਰਿਬਿਊਨਲ ਨਹੀਂ ਹੈਗਾ, ਇਸੇ ਕਰਕੇ ਮਤਲਬ ਪੀਪਲ ਲੋਕਾਂ ਦਾ ਟ੍ਰਿਬਿਊਨਲ ਹੈ, ਪਰ ਇਹਦੇ ਵਿੱਚ ਕਾਫੀ ਅਹਿਮ ਸ਼ਖਸੀਅਤਾਂ ਹੈਗੀਆਂ ਨੇ ਭਾਰਤੀ ਸਿਸਟਮ
ਕਈ ਜਿਹਨਾਂ ਦਾ ਕੋਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਆਪਣਾ ਵਜੂਦ ਹੈਗਾ ਆ, ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਹਦੇ ਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਜਸਟਿਸ ਅੰਗਲੀ ਉਹ ਸੀਗੇ, ਬੰਬੇ ਹਾਈ ਕੋਰਟ ਦੇ ਜਸਟਿਸ ਸੁਰੇਸ਼ ਸੀਗੇ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਕਾਲਿਨ ਗੰਸਾਲਵੇਜ਼ ਉਹ ਸੀਗੇ, ਪੀਪਲ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੇ ਨਾਮੀ ਸੰਸਥਾ ਹੈਗੀ ਆ ਮਨੁੱਖੀ ਹੱਕਾਂ ਦੇ ਮਾਮਲੇ ਦੇ ਵਿੱਚ, ਜਿਹਨਾਂ ਨੇ ਨਵੰਬਰ 1984 ਦੇ ਉੱਪਰ ਪਹਿਲੀ ਰਿਪੋਰਟ ਹੈ ਜਿਹੜੀ ਹੂ ਆਰ ਗਿਲਟੀ ਉਹ ਇਸ ਸੰਸਥਾ ਦੇ ਵੱਲੋਂ ਜਾਰੀ ਕੀਤੀ ਗਈ ਸੀਗੀ ਉਹਦੇ ਕਵਿਤਾ ਵਾਸਤਵ ਨੇ। ਉਸ ਤੋਂ ਇਲਾਵਾ ਜਿਹੜੇ ਵੱਖ ਵੱਖ ਵਰਗ ਨੇ ਪੂਰੇ ਇਸ ਖਿੱਤੇ ਦੇ ਵਿੱਚ ਜਿਹਨਾਂ ਦੇ ਮਨੁੱਖੀ ਹੱਕਾਂ ਦਾ ਧਿਆਨ ਹੋ ਰਿਹਾ ਆ, ਤੇ ਉਹਨਾਂ ਦੇ ਵਿੱਚ ਜਿਹੜੇ ਵੀ ਕੋਈ ਨਾਮਵਰ ਕੰਮ ਕਰ ਰਹੇ ਨੇ ਜਾਂ ਜਿਹਨਾਂ ਦੀ ਮਿਹਨਤ ਆ ਉਸ ਪਾਸ ਦੇ ਵਿੱਚ ਨਾਗਾਲੈਂਡ ਤੋਂ ਜਾਂ ਆਦਿਵਾਸੀਆਂ ਦੇ ਲਈ ਕੰਮ ਕਰਨ ਵਾਲੇ ਨੇ ਸੋਨੀ ਤੋਂ, ਤੇ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਜਿਹੜੇ ਲਾਪਤਾ ਨੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਪਰਿਵਾਰ ਜਾਂ ਲੋਕਾਂ ਦੇ ਮਾਪਿਆਂ ਦੀ ਜਿਹੜੀ ਸੰਸਥਾ ਬਣੀ ਹੋਈ ਹੈ ਉਹਦੇ ਮੁਖੀ ਸੀਗੇ ਪ੍ਰਵੀਨਾ ਜਰਜੀ, ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬ ਦੇ ਵਿੱਚੋਂ ਸੀਗੇ, ਬੋਸ ਜਿਹੜੇ ਡਾਕੂਮੈਂਟਰੀ ਮੇਕਰ ਨੇ ਤੇ ਨਾਲ ਹਿਊਮਨ ਰਾਈਟਸ ਐਕਟੀਵਿਸਟ ਨੇ, ਇਹਨਾਂ ਦੇ ਵੱਲੋਂ ਉਹਨਾਂ ਉਸ ਸੁਣਵਾਈ ਦੇ ਉਹਨਾਂ ਪਰਿਵਾਰਾਂ ਦੀਆਂ ਦਵਾਈਆਂ ਸੁਣੀਆਂ ਗਈਆਂ ਜੀ। 700 ਦੇ ਕਰੀਬ ਪਰਿਵਾਰਾਂ ਨੇ ਉੱਥੇ ਮਤਲਬ ਆਪਣੇ ਜਿਹੜੇ ਫਸਟ ਹੈਂਡ ਅਕਾਊਂਟ ਨੇ ਉਹ ਟ੍ਰਿਬੂਨਲ ਨੂੰ ਦੱਸੇ, ਤੇ ਜੇ ਕਿਸੇ ਕੋਈ ਸਵਾਲ ਹੁੰਦਾ ਸੀਗਾ ਤੇ ਉਹਨਾਂ ਨੂੰ ਜਿਹੜਾ ਆ ਉਹ ਕਰ ਲੈਂਦੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਸਾਰਾ ਡਾਕੂਮੈਂਟੇਸ਼ਨ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਿਹਾ, ਤੇ ਹੁਣ 2 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਬੀਬੀ ਖਾਲੜਾ, ਸਤਨਾਮ ਸਿੰਘ ਬਰਿਸਟਰ ਤੇ ਹੋਰ ਸ਼ਖਸੀਅਤਾਂ ਸੀਗੀਆਂ ਜਿਹਨਾਂ ਨੇ ਐਲਾਨ ਕੀਤਾ ਕਿ ਇਹਦੀ ਜਿਹੜੀ ਰਿਪੋਰਟ ਜਿਹੜਾ ਸਿਰਲੇਖ ਉਹਨਾਂ ਨੇ ਰੱਖਿਆ ਆਈਡੈਂਟੀਫਾਈਂਗ ਦਾ ਅਨਆਈਡੈਂਟੀਫਾਈਡ ਜੀ, ਇਹ ਬੇ ਪਛਾਣਿਆਂ ਨੂੰ ਪਛਾਣਨ ਦਾ ਜਿਹੜਾ ਅਮਲ ਹੈ ਉਹ ਉਸ ਰਿਪੋਰਟ ਸਾਹਮਣੇ ਆਊਗਾ। ਇਹਦੇ ਵਿੱਚ ਇੱਕ ਗੱਲ ਜਿਹੜੀ ਇਹਨਾਂ ਵੱਲੋਂ ਕਹੀ ਗਈ ਆ ਉਹ ਇਹ ਹੈ ਕਿ 8,257 ਮਾਮਲੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਨਵੇਂ ਸਬੂਤ ਸਾਹਮਣੇ ਆਏ ਆ, ਆਪਾਂ ਇਹਦੇ ਮਾਮਲੇ ਨਵੇਂ ਸਾਹਮਣੇ ਆਏ ਆ ਕਿਉਂਕਿ ਮਾਮਲੇ ਤਾਂ ਆਪਾਂ ਨੂੰ ਪਤਾ ਆ ਕਿ ਇਸ ਤੋਂ ਪਹਿਲਾਂ ਵੀ ਹਾਲਾਂਕਿ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਵੱਲੋਂ ਇਹ ਗੱਲ ਲਿਆਂਦੀ ਗਈ ਸੀਗੀ ਕਿ ਉਹਨਾਂ ਨੇ 6,000 ਤੋਂ ਉੱਪਰ ਮਾਮਲੇ ਜਿਹੜੇ ਆ ਉਹ 3 ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦੀ ਸ਼ਨਾਖਤ ਕੀਤੀ ਸੀਗੀ ਜੀ, ਜਿਹਦੇ ਉੱਪਰ ਉਹਨਾਂ ਨੇ ਇਹ ਅੰਦਾਜ਼ਾ ਦਿੱਤਾ 3 ਸ਼ਮਸ਼ਾਨ ਘਾਟਾਂ ਦੇ ਵਿੱਚੋਂ 6,000 ਬੰਦਾ ਇਸ ਤਰ੍ਹਾਂ ਲਾਪਤਾ ਹੋਇਆ ਆ ਜਿਹਦੇ ਦਸਤਾਵੇਜ਼ੀ ਸਬੂਤ ਮਿਲੇ ਨੇ, ਤੇ ਪੂਰੇ ਪੰਜਾਬ ਅੰਦਾਜ਼ਨ 25,000 ਬੰਦਾ ਘੱਟੋ ਘੱਟ ਲਾਪਤਾ ਹੋਇਆ ਹੋਊਗਾ ਪੂਰੇ ਪੰਜਾਬ ਦੇ ਉੱਪਰ ਲਾਗੂ ਕਰਕੇ ਦੇਖਿਆ ਜਾ ਰਿਹਾ। ਪਰ ਉਹ ਜਦੋਂ ਉਸ ਮਾਮਲੇ ਦੇ ਲਈ ਉਹ ਹਾਈ ਕੋਰਟ ਦੇ ਵਿੱਚ ਗਏ ਤਾਂ ਉਹ ਸੁਣਵਾਈ ਨਹੀਂ ਸੀ, ਉਹਦੇ ਵਿੱਚ ਉਹ ਮਾਮਲਾ ਘਟਦਾ 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 ਅਖੀਰੀ ਨੇ ਮੰਨਿਆ 2,097 ਇਸ ਤਰ੍ਹਾਂ ਦੇ ਮਾਮਲੇ ਹੈਗੇ ਨੇ ਕਿ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਮਤਲਬ ਲਾਸ਼ਾਂ ਦੀ ਬੇਕਦਰੀ ਜਿਹੜੀ ਆ ਉਹ ਕੀਤੀ ਜੀ। ਤੇ ਪੰਜਾਬ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਵਿਅਕਤੀ ਹੈਗੇ ਆ ਉਹ ਇਸ ਗੱਲ ਨੂੰ ਇਸ ਨਜ਼ਰੀਏ ਤੋਂ ਦੇਖਦੇ ਆ ਕਿ ਘੱਟੋ ਘੱਟ 2,097 ਮਾਮਲੇ ਮੰਨੇ ਜਿਹੜੇ ਜਬਰੀ ਮੁਕਾਉਂਦੇ ਸੀਗੇ, ਉਹਦੇ ਤਹਿਤ ਜਿੰਨੀ ਪਿਛਲੇ ਸਾਰੇ ਸਮੇਂ ਦੀ ਕਾਰਵਾਈ ਆਪਾਂ ਦੇਖੀਏ ਕਿ ਵੱਖ ਵੱਖ ਦੇ ਯਤਨ ਸਾਹਮਣੇ ਆ ਰਹੇ ਸੀਗੇ, ਪਰ ਇੱਕ ਤਾਂ ਇਹ ਹੈ ਕਿ ਉਹ ਭਾਰਤ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੇ ਇਸ ਖਿੱਤੇ ਦੀਆਂ ਸ਼ਖਸੀਅਤਾਂ ਜਿਹੜੀਆਂ ਹਿਊਮਨ ਰਾਈਟਸ ਨਾਲ ਸੰਬੰਧਿਤ ਹੋਣ ਉਹ ਕਿਸੇ ਵੀ ਇਸ ਤਰ੍ਹਾਂ ਦੀ ਜਿਹੜੀ ਜਾਂਚ ਪੜਤਾਲ ਹੁੰਦੀ ਹੈ ਉਹਦੇ ਵਿੱਚ ਕਿਸ ਸਮੇਂ ਉਹ ਕੀਤੀ ਜਾ ਰਹੀ ਹੈ ਇਹ ਗੱਲ ਬਹੁਤ ਮਹੱਤਵਪੂਰਨ ਹੁੰਦੀ ਹੈ। ਜੀ ਬਿਲਕੁਲ, ਬਹੁਤ ਮਹੱਤਵਪੂਰਨ ਦਵਾਈਆਂ ਦੇ ਸਕਦੇ ਸੀ ਜਿਹਨਾਂ ਤੋਂ ਜਾਣਕਾਰੀ ਸੀ ਹੋ ਗਏ ਨੇ, ਪਰ ਫੇਰ ਵੀ ਹਾਲ ਦੀ ਘੜੀ ਵੀ ਇਹ ਉੱਦਮ ਜਿਹੜਾ ਸਾਹਮਣੇ ਆਇਆ ਇਹ ਮਹੱਤਵਪੂਰਨ ਕਹਿ ਸਕਦੇ ਹਾਂ ਕਿ ਘੱਟੋ ਘੱਟ 25,000 ਮਾਮਲੇ ਜਿਹੜੇ ਹੈਗੇ ਆ ਉਹ ਇਹਨਾਂ ਨੇ ਕੀਤਾ ਹੈ ਕਿ ਉਹਨਾਂ ਮਾਮਲਿਆਂ ਦੇ ਵਿੱਚ ਪੁਖਤਾ ਸਬੂਤ ਅਜੇ ਵੀ ਮੌਜੂਦ ਹੈਗੇ ਨੇ ਇਹਨਾਂ ਸਮਾਂ ਬੀਤਣ ਦੇ ਬਾਅਦ।
ਜੀ ਬਿਲਕੁਲ ਪਰਮਜੀਤ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ 8,82,100 ਦੇ ਜਿਹੜੇ ਕਰੀਬ ਇਹ ਮਾਮਲੇ ਆ ਸਾਹਮਣੇ ਆਏ ਆ, ਜਿਹਦੇ ਵਿੱਚ ਪੁਖਤਾ ਸਬੂਤ ਮੌਜੂਦ ਨੇ ਇਹ ਦਾਅਵਾ ਕੀਤਾ ਗਿਆ। ਤੇ ਜੇ ਅਗਲੀ ਗੱਲ ਕਰੀਏ ਇਸ ਪਾਰਟ ਨੂੰ ਮੁੱਖ ਰੱਖਦੇ ਹਾਂ, ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਇਹ ਸਬੂਤ ਨੇ ਇਹ ਸਾਰੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਸੁਪਰੀਮ ਕੋਰਟ ਦੇ ਅੱਗੇ ਰੱਖੇ ਜਾਣਗੇ ਤਾਂ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਸਕੇ, ਜਾਂਚ ਕੀਤੀ ਜਾ ਸਕੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਪਿੱਛੇ ਖੜਾ ਕੀਤਾ ਜਾ ਸਕੇ। ਤੁਹਾਨੂੰ ਲੱਗਦਾ ਜਿੱਥੇ ਜਸਵੰਤ ਸਿੰਘ ਖਾਲੜਾ ਵੱਲੋਂ 6,000 ਇੱਦਾਂ ਦੇ ਮਾਮਲੇ ਅਨਅਰਥ ਕੀਤੇ ਗਏ ਤੇ ਉਹਦੇ ਵਿੱਚੋਂ 2,097 ਮੰਨੇ ਪ੍ਰਸ਼ਾਸਨ ਨੇ, ਤੇ ਉਹਨਾਂ ਤੇ ਵੀ ਅੱਜ 25 ਸਾਲ ਤੋਂ ਵੱਧ ਦਾ ਸਮਾਂ ਅਸੀਂ ਕਹਿ ਸਕਦੇ ਹਾਂ ਬੀਤ ਚੁੱਕਿਆ ਤੇ ਹਜੇ ਤੱਕ ਕੋਈ ਉਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਹੋਈ ਹੈਗੀ? ਤੇ ਕੀ ਸਮਝਦੇ ਹੋ ਕਿ ਜੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਵੀ ਜਾਂਦੀ ਹੈ ਪੁਖਤਾ ਸਬੂਤ ਮੌਜੂਦ ਹੋਣ ਦੇ ਬਾਵਜੂਦ, ਤੁਹਾਨੂੰ ਲੱਗਦਾ ਵੀ ਸਿਸਟਮ ਦੇ ਵਿੱਚੋਂ ਇਨਸਾਫ਼ ਨਿਕਲ ਸਕਦਾ? ਮੇਰੇ ਖਿਆਲ ਦੇ ਵਿੱਚ ਕਿ ਜਿਹੜੇ ਵਿਅਕਤੀ ਇਸ ਦੇ ਪਿੱਛੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਗੱਲ ਦਾ ਤਾਂ ਪਤਾ ਹੈਗਾ ਆ ਕਿ ਭਾਰਤੀ ਅਦਾਲਤਾਂ ਦੇ ਵਿੱਚੋਂ ਇਹਨਾਂ ਮਾਮਲੇ ਵਿੱਚ ਜਿਹੜਾ ਪੂਰਾ ਨਿਆਂ ਆ ਉਹ ਕਦੀ ਵੀ ਨਹੀਂ ਹੋ ਸਕਣਾ, ਸਪਸ਼ਟ ਹੈ, ਲਗਭਗ ਹਰ ਕੋਈ ਮਹਿਸੂਸ ਕਰਦਾ ਆ। ਪਰ ਫਿਰ ਵੀ ਮਤਲਬ ਜਿਸ ਤਰ੍ਹਾਂ ਦਾ ਇਹ ਉੱਦਮ ਹੈਗਾ ਆ ਉਹਦੇ ਚ ਜੇਕਰ ਆਪਾਂ ਦੇਖਿਆ ਜਾਵੇ ਤਾਂ ਅਗਲੀ ਕਾਰਵਾਈ ਬਣਦੀ ਹੈ ਕਿ ਤੁਸੀਂ ਇਸ ਚੀਜ਼ ਦਾ ਡਾਕੂਮੈਂਟੇਸ਼ਨ ਲੈ ਕੇ ਆਏ ਹੋ, ਤੁਸੀਂ ਉਹਦੇ ਆਧਾਰ ਦੇ ਉੱਪਰ ਅਦਾਲਤਾਂ ਦੇ ਕੋਲ ਜਾਓ, ਜਾਂਚ ਦੀ ਜਿਹੜੀ ਆ ਉਹ ਮੰਗ ਕੀਤੀ ਜਾਵੇ। ਉਹਦੇ ਵਿੱਚ ਇੱਕ ਤਾਂ ਇਹ ਆ ਕਿ ਜਿੰਨੇ ਸਾਰਾ ਐਵੀਡੈਂਸ ਆਇਆ ਆ ਉਹ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਂਚ ਦੇ ਆਦੇਸ਼ ਹੁੰਦੇ ਆ ਤਾਂ ਉਹ ਸਾਰੇ ਇੱਕ ਲੀਗਲ ਡਾਕੂਮੈਂਟੇਸ਼ਨ ਦਾ ਹਿੱਸਾ ਬਣ ਸਕਦੇ ਨੇ। ਹਾਲਾਂਕਿ ਹਾਲ ਦੀ ਘੜੀ ਤਾਂ ਇਹ ਗੱਲ ਕਹਿਣੀ ਨੀ, ਮਤਲਬ ਲੱਗਦਾ ਨੀ ਹੈ ਕਿ ਇਸ ਤਰ੍ਹਾਂ ਹੋ ਜੂਗਾ ਕਿ ਕੋਰਟ ਦੇ ਵੱਲੋਂ ਰਿਪੋਰਟ ਨੂੰ ਅਕਸੈਪਟ ਕਰਕੇ ਤੇ ਉਹਦੇ ਉੱਪਰ ਸੁਣਵਾਈ ਜਾਂ ਜਾਂਚ ਦੇ ਆਦੇਸ਼ ਦਿੱਤੇ ਜਾ ਸਕਦੇ ਆ ਜੀ। ਪਰ ਜਿਸ ਨੁਕਤਾ ਨਿਗਾਹ ਤੋਂ, ਮਨੁੱਖੀ ਅਧਿਕਾਰਾਂ ਦੇ ਨੁਕਤਾ ਨਿਗਾਹ ਤੋਂ ਜੇਕਰ ਆਪਾਂ ਦੇਖੀਏ ਤਾਂ ਉਹਦੇ ਵਿੱਚ ਕੀ ਅਗਲਾ ਕਦਮ ਜਿਹੜਾ ਆ ਉਹ ਆਮ ਰੂਪ ਦੇ ਉੱਪਰ ਬਣਦਾ ਆ, ਕਿਸੇ ਮਸਲੇ ਨੂੰ ਕੌਮਾਂਤਰੀ ਪੱਧਰ ਦੇ ਉੱਪਰ ਵੀ ਲੈ ਕੇ ਜਾਣਾ ਹੋਵੇ ਤਾਂ ਉੱਥੇ ਕਿਸੇ ਵੀ ਸਟੇਟ ਦਾ ਪਹਿਲੀ ਉਹਨਾਂ ਦੀ ਦਲੀਲ ਹੀ ਉਹਦੇ ਵਿਰੋਧ ਦੇ ਵਿੱਚ ਹੁੰਦੀ ਹੈ ਕਿ ਸਾਡੀ ਆਪਣੀ ਸਟੇਟ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਹੈਗੀ ਆ, ਉਹ ਹਰ ਕਿਸੇ ਦੇ ਵਾਸਤੇ ਖੁੱਲੀ ਹੈ, ਕੋਈ ਵੀ ਸਾਡੀਆਂ ਅਦਾਲਤਾਂ ਤੱਕ ਜਾ ਸਕਦਾ, ਕੋਈ ਉੱਥੇ ਸਿਆਸੀ ਮਤਲਬ ਇਸ ਤਰ੍ਹਾਂ ਦੀਆਂ ਦਲੀਲਾਂ ਆਪਾਂ ਦੇਖਿਆ ਕਿ ਸਟੇਟਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਕੌਮਾਂਤਰੀ ਮੰਚਾਂ ਦੇ ਉੱਤੇ। ਉੱਥੇ ਕਿਹਾ ਜਾ ਸਕਦਾ ਵੀ ਸੁਪਰੀਮ ਕੋਰਟ ਜਾਂ ਜੁਡੀਸ਼ਰੀ ਸਾਡੀ ਇੰਡੀਪੈਂਡੈਂਟ ਹੈ, ਉੱਥੇ ਆ ਕੇ ਕੋਈ ਵੀ ਵਿਅਕਤੀ ਸੁਣਵਾਈ ਕਰਵਾ ਸਕਦਾ ਆ। ਇਸਦੇ ਤਹਿਤ ਮਤਲਬ ਜੇਕਰ ਭਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਅਸਾਰ ਵੀ ਹੋਣ ਕਿ ਇਹਨਾਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਕਿਸੇ ਕੌਮਾਂਤਰੀ ਮੰਚ ਗੱਲ ਲੈ ਕੇ ਜਾਣੀ ਹੈ ਤਾਂ ਉਹਦੇ ਵਾਸਤੇ ਘੱਟੋ ਘੱਟ ਜਿਹੜੀ ਸਿੱਟੇ ਦੇ ਵਿੱਚ ਕੋਈ ਵੀ ਕਾਨੂੰਨੀ ਪ੍ਰਕਿਰਿਆ ਆ ਉਹ ਖਤਮ ਕਰਵਾਈ ਹੋਣੀ ਚਾਹੀਦੀ ਆ ਤਾਂ ਕਿ ਉਸ ਕੇਸ ਨੂੰ ਠੋਸ ਰੂਪ ਦੇ ਵਿੱਚ ਦੇਖਿਆ ਜਾ ਸਕੇ। ਦੂਜਾ ਇਹ ਆ ਕਿ ਇਹ ਤਾਂ ਮਨੁੱਖੀ ਅਧਿਕਾਰਾਂ ਜਾਂ ਕਾਨੂੰਨੀ ਨੁਕਤਾ ਨਿਗਾਹ ਦੀ ਗੱਲ ਆ, ਜਿੱਥੋਂ ਆਪਾਂ ਮਤਲਬ ਥੋੜਾ ਜਿਹਾ ਇਸ ਤੋਂ ਰੁਕ ਕੇ ਜੇਕਰ ਸਿੱਖ ਨੁਕਤਾ ਨਿਗਾਹ ਤੋਂ ਦੇਖਣ ਦੀ ਗੱਲ ਕਰੀਏ ਉਹ ਲਗਭਗ ਤੁਹਾਨੂੰ ਸਾਫ਼ ਮਹਿਸੂਸ ਹੁੰਦਾ ਆ ਕਿ ਇਹਨਾਂ ਦੇ ਵਿੱਚ ਇਨਸਾਫ਼ ਜਿਹੜਾ ਉਹ ਨਹੀਂ ਹੋਣਾ, ਕਿਉਂਕਿ ਇੰਨਾ ਇੰਨਾ ਵੱਡਾ ਕੋਈ ਅੱਜ ਦੀ ਜਾਂ ਕੱਲ ਦੀ ਤਾਂ ਗੱਲ ਨੀ ਹੈਗੀ, ਅਸੀਂ ਕਹਿ ਸਕਦੇ ਕਿ ਇੱਕ ਵਾਰ ਹੋ ਗਿਆ ਤੇ ਚਲੋ ਹੁਣ ਨਹੀਂ ਹੋਣਾ, ਕਿੰਨੀ ਲੰਬੀ ਇੱਕ ਲੜੀ ਪਈ ਹੋਈ ਆ ਸਾਡੇ ਸਾਹਮਣੇ ਜੀ ਬਿਲਕੁਲ, ਤੇ ਲਗਾਤਾਰ ਇੱਕੋ ਤਰ੍ਹਾਂ ਦਾ ਤਜਰਬਾ ਜਿਹੜਾ ਆ ਉਹ ਸਾਹਮਣੇ ਆ ਰਿਹਾ। ਜਿਹੜੇ 2017 ਦੀ ਗੱਲ ਕੀਤੀ ਤੁਸੀਂ, ਦੇਖੋ ਵੀ ਮਾਮਲੇ ਇਸ ਕਰਕੇ ਲਏ ਗਏ ਕਿਉਂਕਿ ਕਈ ਵਾਰ ਕਿਸੇ ਸਿਸਟਮ ਦੇ ਵਿੱਚ ਕੋਈ ਵਿਅਕਤੀ ਇਸ ਤਰ੍ਹਾਂ ਕਿਸੇ ਅਹੁਦੇ ਦੇ ਉੱਪਰ ਹੁੰਦਾ ਆ ਜਿਹਦਾ ਮਨੁੱਖੀ ਅਧਿਕਾਰਾਂ ਸੰਵੇਦਨਸ਼ੀਲ ਹੋਵੇ ਤੇ ਉਹਨਾਂ ਵੱਲੋਂ ਕੁਝ ਫੈਸਲੇ ਇਸ ਤਰ੍ਹਾਂ ਦੇ ਲੈ ਲਏ ਜਾਂਦੇ ਆ ਜਾਂ ਕੁਝ ਇਸ ਤਰ੍ਹਾਂ ਦੇ ਐਲਾਨ ਕਰ ਦਿੱਤੇ ਜਾਂਦੇ ਆ ਕਿ ਜਿਨ੍ਹਾਂ ਦਾ ਫਿਰ ਕੋਈ ਅਸਰ ਅੱਗੇ ਹੌਲੀ ਹੌਲੀ ਹੁੰਦਾ ਆ। ਸਰਦਾਰ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਜਦੋਂ ਲਾਪਤਾ ਕੀਤਾ ਗਿਆ ਤਾਂ ਉਦੋਂ ਜਸਟਿਸ ਕੁਲਦੀਪ ਸਿੰਘ ਸੀਗੇ ਜੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਇੱਕ ਸਰਦਾਰ ਗੁਰਚਰਨ ਸਿੰਘ ਟੌੜਾ ਦੇ ਵੱਲੋਂ ਭੇਜੀ ਹੋਈ ਜਿਹੜੀ ਟੈਲੀਗ੍ਰਾਮ ਸੀਗੀ ਉਹਨੂੰ ਹੀ ਪਟੀਸ਼ਨ ਮੰਨ ਕੇ ਸੁਣਵਾਈ ਸ਼ੁਰੂ ਕੀਤੀ ਤੇ ਉਹਨਾਂ ਨੇ ਮਤਲਬ ਪੰਜਾਬ ਦੇ ਜੋ ਸ਼ਮਸ਼ਾਨ ਘਾਟਾਂ ਦੇ ਦੌਰਾਨ ਵਿੱਚ ਇਹ ਗੱਲ ਵਾਪਰੀ ਕੇ ਲੋਕਾਂ ਨੂੰ ਲਿਆ ਕੇ
ਉਹਨਾਂ ਨੂੰ ਅਣਪਛਾਤੇ ਲਾਸ਼ਾਂ ਇਹ ਦੱਸ ਦਿੱਤੇ ਹੁੰਦੇ ਸੀ। ਇਹਨੂੰ ਵਰਸ ਦੈਨ ਜੈਨੋਸਾਈਡ ਸ਼ਬਦ ਵਰਤਿਆ ਸੀਗਾ ਕਿ ਇਹ ਨਸਲਕੁਸ਼ੀ ਭਿਆਨਕ ਕਾਰਾ ਜਿਹੜਾ ਆ ਉਹ ਪੰਜਾਬ ਦੇ ਸ਼ਮਸ਼ਾਨ ਘਾਟਾਂ ਸਟੇਟ ਮਸ਼ੀਨਰੀ ਦੇ ਵੱਲੋਂ ਕੀਤਾ ਜਾ ਰਿਹਾ ਜੀ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹਦੇ ਵਿੱਚ ਮਾਮਲਿਆਂ ਦੀ ਸ਼ਨਾਖਤ ਕਰਕੇ ਸੀ ਬੀ ਆਈ ਜਾਂਚ ਕਰੇ ਤੇ ਦੋਸ਼ੀਆਂ ਦੇ ਉਹ ਕਾਰਵਾਈ ਹੋਵੇ। ਪਰ ਤੁਸੀਂ ਦੇਖੋ ਕਿ ਉਹ 2097 ਮਾਮਲਿਆਂ ਦੇ ਵਿੱਚ ਜਦੋਂ ਪਹਿਲਾਂ ਵੀ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਜਿਹੜਾ ਸਿੱਟਾ ਹੋਏ ਕੱਢਿਆ ਕਿ 2097 ਲਾਸ਼ਾਂ ਦੀ ਬੇਕਦਰੀ ਹੋਈ ਹੈ ਜੀ। ਉਹ ਲਾਸ਼ਾਂ ਬਣਨ ਤੋਂ ਪਹਿਲਾਂ ਜਿਉਂਦੇ ਜਾਗਦੇ ਮਨੁੱਖ ਸੀਗੇ, ਮਨੁੱਖ ਕਿੰਨਾ ਹਾਲਾਤਾਂ ਚ ਤੇ ਕਿੰਨਾ ਵੱਲੋਂ ਲਾਸ਼ਾਂ ਬਣਾਏ ਗਏ, ਇਹਦੀ ਕੋਈ ਟੈਸਟ ਦੇ ਆਦੇਸ਼ ਨਹੀਂ ਦਿੱਤੇ ਗਏ, ਨਾ ਹੀ ਉਹਦੇ ਉੱਪਰ ਕੋਈ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਜਿਹੜੇ ਕੁਝ ਇੱਕ ਮਾਮਲੇ ਤਕਰੀਬਨ 40-42 ਮਾਮਲੇ ਤੋਂ ਨਿਕਾਲ ਹੋਣਾ ਕਿ ਕਮਰ ਸੰਧੂ ਦੇ ਨਾਲ ਜਿਹੜੀ ਗੁਰਮੀਤ ਸਿੰਘ ਜੀ ਕਹਿਣ ਦੀ ਗੱਲਬਾਤ ਸਾਹਮਣੇ ਆਈ ਸੀ ਜੀ, ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦਾ ਕਿ ਕੋਰਟ ਦੇ ਵਿੱਚ ਰੋਕ ਲੱਗੀ ਹੋਈ ਹੈ ਕੁਝ ਮਾਮਲਿਆਂ ਦੇ ਉੱਤੇ। ਹਾਲਾਂਕਿ ਉਹ ਰੋਕ ਹੁਣ ਹਾਲੀਆ ਦਿਨਾਂ ਦੇ ਦੌਰਾਨ ਹਟੀ ਹੈ, ਪਰ ਉਹ ਉਸ ਮਾਮਲੇ ਨੇ ਜਿਹੜੇ ਉਸ ਆਰਡਰ ਤੋਂ ਅੱਗੇ ਚੱਲਦਿਆਂ ਚੱਲਦਿਆਂ ਪੁਲਿਸ ਵਾਲਿਆਂ ਦੇ ਖਿਲਾਫ਼ ਉਦੋਂ ਦਰਜ ਹੋ ਗਏ, CBI ਇਨਕੁਆਇਰੀ ਦੀ ਮਾਰਕ ਹੋ ਗਈ ਜੀ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਸੁਪਰੀਮ ਕੋਰਟ ਨੇ ਇੰਨੇ ਸਾਲਾਂ ਤੱਕ, ਮਤਲਬ 15-20 ਸਾਲ, ਉਹਦੇ ਉੱਪਰ ਰੋਕ ਲਾਈ ਰੱਖੀ, ਸੁਣਵਾਈ ਨੀ ਚੱਲਣ ਦਿੱਤੀ। ਤੁਸੀਂ ਦੇਖੋ ਕਿਸੇ ਵੀ ਕ੍ਰਿਮੀਨਲ ਕੇਸ ਦੇ ਵਿੱਚ ਜਿਹੜੀ ਡਿਲੇ ਆ ਉਹ ਕਦੀ ਵੀ ਮੁਜਰ ਦੇ ਹੱਕ ਦੇ ਵਿੱਚ ਨਹੀਂ ਜਾਂਦੀ, ਕਿਉਂਕਿ ਉਹਦੇ ਨਾਲ ਜਿਹੜੇ ਆ ਉਹ ਖਤਮ ਹੁੰਦੇ ਨੇ, ਗਵਾਹ ਖਤਮ ਹੁੰਦੇ ਆ। ਕਿੰਨੇ ਬੰਦੇ, ਮਤਲਬ ਜਿੱਦਾਂ ਬਾਪੂ ਚਮਨ ਲਾਲ ਸਾਡੇ ਸਾਹਮਣੇ ਹੈਗਾ ਆ, ਉਹ ਇੱਕ ਬੜੀ ਵੱਡੀ ਉਦਾਹਰਣ ਆ ਕਿ ਬੰਦਾ ਸੁਪਰੀਮ ਕੋਰਟ ਕੋਲ ਵਾਰ ਵਾਰ ਜਾ ਕੇ ਕਹਿੰਦਾ ਰਿਹਾ ਕਿ ਮੈਂ ਉਮਰ ਦੇ ਆਖਰੀ ਪੜਾਅ ਦੇ ਉੱਪਰ ਹੈ ਜੀ, ਤੁਸੀਂ ਰੋਕ ਲਾਈ ਰੱਖਣੀ ਆ ਲਾਈ ਰੱਖੋ, ਘੱਟੋ ਘੱਟ ਮੇਰੀ ਗਵਾਹੀ ਕਰ ਲਓ। ਜੇ ਕੱਲ ਨੂੰ ਤੁਸੀਂ ਕਹੋਗੇ ਕਿ ਇਹ ਮਾਮਲਾ ਚਲਾਉਣਾ ਆ, ਗਵਾਹੀ ਔਨ ਰਿਕਾਰਡ ਲੈ ਲਿਓ, ਤੇ ਨਹੀਂ ਤਾਂ ਮਤਲਬ ਉਹ ਪਈ ਰਹੂਗੀ, ਜਿੱਥੇ ਇੰਨੀਆਂ ਫਾਈਲਾਂ ਹੋਰ ਦੱਬੀਆਂ ਹੋਈਆਂ ਨੇ ਉੱਥੇ ਪਈ ਰਹੂਗੀ। ਪਰ ਉਸ ਦੀ ਜਿਹੜੀ ਗਵਾਹੀ ਆ ਉਹ ਸੁਪਰੀਮ ਕੋਰਟ ਦੇ ਵੱਲੋਂ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਰੋਕ ਹਟਣ ਤੋਂ ਬਾਅਦ ਸੁਣਵਾਈ ਸ਼ੁਰੂ ਹੁੰਦੀ, ਨਾਲ ਚੜਾਈ ਕਰ ਗਿਆ ਜੀ। ਉਹ ਇੱਕ ਕਸ਼ਮਜੀਤ ਗਵਾਹ ਸੀਗਾ, ਆਪਣੇ ਬੱਚੇ ਨੂੰ ਲਾਪਤਾ ਕਰਕੇ ਪੁਲਿਸ ਦੇ ਵੱਲੋਂ ਮਾਰੇ ਗਏ। ਇੱਕ ਪੂਰੀ ਪ੍ਰੈਕਟਿਸ ਆ, ਇੱਕ ਕਲਾਕਾਰ ਆ, ਮਤਲਬ ਹਜ਼ਾਰਾਂ ਕੇਸ ਇਸ ਤਰ੍ਹਾਂ ਦੇ ਨੇ। ਮੈਨੂੰ ਲੱਗਦਾ ਰਿਪੋਰਟ, ਕਿਉਂਕਿ ਰਿਪੋਰਟ ਪੂਰੀ ਅਜੇ ਸਾਹਮਣੇ ਨਹੀਂ ਆਈ, ਤੇ ਇਹਨਾਂ ਨੂੰ ਵੀ ਜ਼ਰੂਰ ਵਿਚਾਰਿਆ ਗਿਆ ਹੋਊਗਾ, ਕਿਉਂਕਿ ਜਦੋਂ ਸੁਣਵਾਈ ਦੇ ਦੌਰਾਨ 1-2 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਸੁਣਵਾਈ ਹੋਈ ਸੀ, ਉਦੋਂ ਵੀ 2097 ਲਾਸ਼ਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਨੇ ਕੁਝ ਐਕਸਪਰਟ ਵੀ ਬੁਲਾਏ ਸੀਗੇ ਜੀ, ਕਿ ਜਿਹੜੇ ਕਾਰਕੁਨ ਮਨੁੱਖੀ ਅਧਿਕਾਰਾਂ ਦੇ ਉੱਪਰ ਕੰਮ ਕਰਦੇ ਰਹੇ ਨੇ ਜਾਂ ਜਿਹੜੇ ਵਕੀਲਾਂ ਨੇ ਕੇਸ ਲੜੇ ਨੇ, ਕਿ ਉਹ ਵੀ ਟ੍ਰਿਬਿਊਨਲ ਨੂੰ ਆਪਣੀ ਦਵਾਈ ਦੇਣ, ਤਾਂ ਕਿ ਪਤਾ ਲੱਗ ਸਕੇ ਕਿ ਇਹ ਸਾਰੇ ਮਾਮਲੇ ਦੇ ਪਿੱਛੇ ਪੈਟਰਨ ਕਿਸ ਤਰ੍ਹਾਂ ਦੇ ਚੱਲਦੇ ਆ। ਤਾਂ ਉੱਥੇ ਜਦੋਂ ਇਹ ਨੁਕਤਾ ਉਭਾਰਿਆ ਗਿਆ ਸੀਗਾ ਕਿ 2097 ਲਾਸ਼ਾਂ ਦੀ ਬੇਕਦਰੀ ਦਾ ਮੁਆਵਜ਼ਾ ਭਾਰਤ ਦੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਦਿੱਤਾ, ਤਾਂ ਉਦੋਂ ਟ੍ਰਿਬਿਊਨਲ ਦੇ ਬਹੁਤੇ ਮੈਂਬਰਾਂ ਨੇ, ਕਿ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਇਹ ਬਹੁਤ ਹੀ ਨਿਕੰਮਾ ਵਤੀਰਾ ਸੀਗਾ ਭਾਰਤ ਦੇ ਹਿਊਮਨ ਰਾਈਟਸ ਕਮਿਸ਼ਨ ਦਾ, ਤੁਸੀਂ ਇਸ ਗੱਲ ਦਾ ਨੋਟਿਸ ਨਹੀਂ ਲੈ ਰਹੇ ਕਿ ਉਹ ਬੰਦੇ ਜਿਹੜੇ ਜਿਉਂਦੇ ਜਾਗਦੇ ਜੀ ਲਾਸ਼ਾਂ ਕਿੱਦਾਂ ਬਣੀ, ਉਹਨਾਂ ਲਾਸ਼ਾਂ ਦੀ ਬੇਕਦਰੀ ਦਾ ਤੁਸੀਂ ਮੁਆਵਜ਼ਾ ਦੇ ਰਹੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਮੁੱਖ ਮਸਲੇ ਵੱਲ ਨਹੀਂ ਆਉਣਾ ਚਾਹੁੰਦੇ, ਤੁਸੀਂ ਬਸ ਏਦਾਂ ਹੀ ਉਹਦੇ ਉੱਪਰ ਲਿੰਦਾ ਕਰਕੇ ਜ਼ਖਮਾਂ ਦੇ ਉੱਪਰ ਸੀਮਿਤ ਜਿਹੜਾ ਆ ਉਹ ਲਾਉਣ ਦੀ ਕੋਸ਼ਿਸ਼ ਕਰ, ਤਾਂ ਕਿ ਬਾਹਰੋਂ ਦਿਖੇ ਨਾ ਜੀ। ਬਿਲਕੁਲ, ਮੈਨੂੰ ਲੱਗਦਾ ਹੈ ਕਿ ਇਸ ਰਿਪੋਰਟ ਦੇ ਵਿੱਚ ਇਹਨਾਂ ਮਸਲਿਆਂ ਦੇ ਬਾਰੇ ਦੇ ਵਿੱਚ ਵੀ ਜਿਹੜਾ ਜੁਡੀਸ਼ਰੀ ਦਾ ਰਵੱਈਆ, ਜਿਹੜਾ ਹਿਊਮਨ ਰਾਈਟਸ ਰਵੱਈਆ ਰਿਹਾ ਕਿ ਇਹਨਾਂ ਦੇ ਬਾਰੇ ਦੇ ਵਿੱਚ ਜ਼ਰੂਰ ਕੁਝ ਠੋਸ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਹੋਣਗੀਆਂ। ਤੇ ਪਰ ਜਿੱਥੇ ਤੱਕ ਤੁਹਾਡਾ ਮੂਲ ਸਵਾਲ ਸੀਗਾ, ਮੈਂ ਇਹੀ ਕਿ ਕਾਨੂੰਨੀ ਨੁਕਤਾ ਨਿਗਾਹ ਤੋਂ ਅਗਲਾ ਕਦਮ ਇਹੀ ਬਣਦਾ ਆ, ਤਾਂ ਜਦੋਂ ਸਿੱਖ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਦੇਖਦੇ ਹੋ, ਭਾਰਤੀ ਸਟੇਟ ਦੇ ਨਾਲ ਜੋ ਸਿੱਖਾਂ ਦਾ ਇੱਕ ਆਦਾਨ ਪ੍ਰਦਾਨ ਚੱਲ ਰਿਹਾ ਆ, ਜਦੋਂ ਉਹਨੂੰ ਵਿੱਚ ਰੱਖ ਕੇ ਆਪਾਂ ਦੇਖਦੇ ਹਾਂ ਤਾਂ ਉੱਥੇ ਲੱਗਦਾ ਕਿ ਬਹੁਤੀ ਜ਼ਿਆਦਾ ਉਮੀਦ ਨਹੀਂ ਹੈਗੀ ਜੀ। ਬਿਲਕੁਲ ਪਰਮਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜ਼ਰੂਰ ਇਸ ਟ੍ਰਿਬਿਊਨਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਟ੍ਰਿਬਿਊਨਲ ਦੇ ਵੱਲੋਂ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਜਿਹੜਾ ਵਰਤਾਰਾ ਹੈਗਾ ਉਹ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਰਿਹਾ ਇਸ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ। ਸਬੂਤ ਹੋਣ ਦੇ ਬਾਵਜੂਦ ਵੀ ਕਾਰਵਾਈ ਜਿਹੜੀ ਹੈ ਉਹਨਾਂ ਵੱਲੋਂ ਉਹ ਨਹੀਂ ਕੀਤੀ ਗਈ, ਅਤੇ ਜਦੋਂ ਪਿਛਲੇ ਸਾਰੇ ਸਮੇਂ ਦੇ ਵਿੱਚ ਇਸ ਹਿਸਾਬ ਦਾ ਇੱਕ ਵਰਤਾਰਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਜਾਂਚ ਏਜੰਸੀਆਂ ਦੇ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਿਲਿਆ,
ਤੇ ਅਸੀਂ ਅੱਜ 25 ਸਾਲ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਵੀ ਅੱਜ ਇਨਸਾਫ ਦੇ ਲਈ ਜਿਹੜੇ ਸਿੱਖ ਨੇ ਉਹ ਆਪਣੇ ਹੱਥ ਅੱਡੀ ਬੈਠੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ ਜਿੱਥੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ, ਸਬੂਤ ਸਾਹਮਣੇ ਆ ਰਹੇ ਆ, ਇਹਦੇ ਵਿੱਚ ਜਿਹੜਾ ਭਾਰਤ ਦੇ ਨਕਸ਼ੇ ਤੋਂ ਬਾਹਰ ਬੈਠਾ ਸਿੱਖ ਹੈ ਉਹਦਾ ਕੀ ਯੋਗਦਾਨ ਬਣਦਾ, ਉਹ ਕਿਵੇਂ ਇਸ ਮਾਮਲੇ ਨੂੰ ਹਾਈਲਾਈਟ ਕਰਨ ਦੇ ਵਿੱਚ ਜਾਂ ਇੰਟਰਨੈਸ਼ਨਲੀ ਉਭਾਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ, ਇਸ ਬਾਬਤ ਤੁਸੀਂ ਕੀ ਸੋਚਦੇ ਹੋ? ਇਸ ਸੰਬੰਧ ਦੇ ਵਿੱਚ ਮੈਨੂੰ ਲੱਗਦਾ ਕਾਫੀ ਮਹੱਤਵਪੂਰਨ ਹਿੱਸਾ ਜਿਹੜਾ ਆ ਉਹ ਨਿਭਾ ਰਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਰਿਪੋਰਟਾਂ ਜਾਰੀ ਹੋਈਆਂ ਉਹ ਇਨਸਾਫ ਦੇ ਹਿਊਮਨ ਰਾਈਟਸ ਵਾਚ ਦੇ ਵੱਲੋਂ ਜਿੰਨਾ ਇੰਪਿਊਨਿਟੀ ਦੇ ਉੱਪਰ ਇੱਕ ਰਿਪੋਰਟ ਸੀਗੀ, ਉਸ ਤੋਂ ਇਲਾਵਾ ਦੋ ਰਿਪੋਰਟਾਂ ਘੱਟੋ ਘੱਟ ਹੋਰ ਸੀਗੀਆਂ ਜਿਹਨਾਂ ਦੇ ਵਿੱਚ ਵੱਖ ਵੱਖ ਮਾਮਲੇ ਜਿਹੜੇ ਆ ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਗਈ ਸੀ ਜੀ। ਤੇ ਹੁਣ ਵੀ ਸਤਨਾਮ ਸਿੰਘ ਬੈਰਿਸਟਰ ਜਿਹੜੇ ਇਸ ਸਾਰੇ ਉੱਦਮ ਦਾ ਸੰਚਾਲਨ ਕਰ ਰਹੇ ਆ ਉਹ ਵੀ ਇੰਗਲੈਂਡ ਤੋਂ ਨੇ। ਮੈਨੂੰ ਲੱਗਦਾ ਕਿ ਜਿਹੜਾ ਸਾਡਾ ਐਕਟਿਵਿਸਟ ਹਿੱਸਾ ਹੈਗਾ ਡਾਇਸਪੋਰੇ ਦਾ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਮਸਲੇ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ ਆ। ਦੂਜਾ ਕੁੱਝ ਇਸ ਤਰ੍ਹਾਂ ਦੀ ਵੀ ਗੱਲ ਬਣ ਜਾਂਦੀ ਆ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਇੰਨੇ ਜ਼ਿਆਦਾ ਉਲਝੇ ਰਹੇ ਬੰਦੇ ਵੱਖ ਵੱਖ ਕੇਸਾਂ ਦੇ ਵਿੱਚ ਜਾਂ ਹੋਰਨਾਂ ਮਸਲਿਆਂ ਦੇ ਵਿੱਚ, ਜ਼ਾਹਰ ਜੀ ਗੱਲ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਵਿਚਰ ਰਹੇ ਹੋ ਤੇ ਇੱਥੇ ਵਿਚਰਦਿਆਂ ਜਿਹੜਾ ਦਬਾਅ ਆ ਉਹ ਵੱਧ ਚੱਲਣਾ ਪੈਂਦਾ ਆ ਤੇ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਦਾ ਉੱਦਮ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਵੀ ਹੁੰਦਾ ਰਿਹਾ ਆ। ਮੁੱਖ ਰੂਪ ਦੇ ਵਿੱਚ ਰਿਡਿਊਸ ਟੂ ਐਸ਼ਿਸ ਜਿਹੜੀ ਰਿਪੋਰਟ ਜਾਰੀ ਹੋਈ ਸੀਗੀ ਜੀ ਉਹਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਅਰੈਂਸਸ ਉਹਨਾਂ ਨੇ ਕਾਫੀ ਵੱਡੇ ਪੱਧਰ ਦੇ ਉੱਪਰ ਇਹਨਾਂ ਸਾਰੇ ਮਾਮਲਿਆਂ ਦੀ ਸ਼ਨਾਖਤ ਕਰਕੇ ਉਹ ਰਿਪੋਰਟ ਜਾਰੀ ਕੀਤੀ ਸੀਗੀ ਤੇ ਮੈਨੂੰ ਲੱਗਦਾ ਕਿ ਕਾਫੀ ਪੱਧਰ ਤੱਕ ਇਹ ਹਿੱਸਾ ਪੈ ਰਿਹਾ। ਆਮ ਰੂਪ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਦੇਖੋ ਇਹ ਮਸਲਾ ਇਸ ਤਰ੍ਹਾਂ ਦਾ ਹੈਗਾ ਆ ਕਿ ਜਿਹਨੂੰ ਛੱਡਿਆ ਨਹੀਂ ਜਾ ਸਕਦਾ ਜੀ ਬਿਲਕੁਲ, ਕਿਉਂਕਿ ਜਿਹੜੇ ਵੱਡੇ ਕਾਂਡ ਹੁੰਦੇ ਆ ਜਦੋਂ ਵੀ ਉਹਨਾਂ ਨੂੰ ਤੁਸੀਂ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਦੁਬਾਰਾ ਹੋਰ ਭਿਆਨਕ ਰੂਪ ਦੇ ਵਿੱਚ ਹੋ ਕੇ ਸਾਹਮਣੇ ਆਉਂਦੇ ਆ। ਦੂਸਰਾ ਇਹ ਹੈ ਕਿ ਜਿਹੜੇ ਜਿਹੜੇ ਵੀ ਖੇਤਰ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਜਿੰਨੇ ਵੀ ਆਪਾਂ ਨੂੰ ਸਰੋਤੇ ਸੁਣ ਰਹੇ ਨੇ ਤੇ ਜਾਂ ਜਿਨ੍ਹਾਂ ਦੇ ਤੱਕ ਵੀ ਆਪਣਾ ਰਾਬਤਾ ਹੁੰਦਾ ਆ ਉਹਨਾਂ ਤੱਕ ਇਹੀ ਸੁਣਿਆ ਕਿ ਜਿੰਨੇ ਜਿੰਨੇ ਜਿਹੜੇ ਜਿਹੜੇ ਖੇਤਰ ਦੇ ਵਿੱਚ ਵੀ ਆਪਾਂ ਵਿਚਰ ਰਹੇ ਹਾਂ ਉਹਦੇ ਚ ਵਿਚਰ ਕੁਛ ਨਾ ਕੁਛ ਸਾਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਦੇਖਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਇਆ ਜਾ ਸਕਦਾ। ਰਿਪੋਰਟ ਆਉਂਦੀ ਹੈ ਘੱਟੋ ਘੱਟ ਇਹਨੂੰ ਸਾਰੇ ਪੜ੍ਹ ਸਕਦੇ ਨੇ, ਅੱਗੇ ਸੋਸ਼ਲ ਮੀਡੀਆ ਦੇ ਅਵੇਅਰਨੈਸ ਕੀਤੀ ਜਾ ਸਕਦੀ ਹੈ ਜੀ ਤੇ ਜਿਹੜੇ ਇਸ ਤੋਂ ਵੱਧ ਕੇ ਕੋਈ ਉੱਦਮ ਕਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਇਹਨੂੰ ਸਿਆਸੀ ਪੱਧਰ ਦੇ ਉੱਪਰ ਬਾਹਰ ਉਠਾਉਣਾ ਚਾਹੁੰਦੇ ਨੇ ਜਾਂ ਇਹਨੂੰ ਕਿਸੇ ਕੌਮਾਂਤਰੀ ਮੰਚ ਦੇ ਉੱਪਰ ਲੈ ਕੇ ਜਾਣਾ ਚਾਹੁੰਦੇ ਜਾਂ ਕੋਈ ਆਪ ਇਸ ਡਾਕੂਮੈਂਟੇਸ਼ਨ ਦੇ ਵਿੱਚ ਜਾਂ ਆਪਣੇ ਪੱਧਰ ਦੇ ਉੱਪਰ ਉੱਦਮ ਕਰਨਾ ਚਾਹੁੰਦੇ ਆ, ਇਸ ਤੋਂ ਵੱਧ ਕੇ ਤਾਂ ਕੁਛ ਵੀ ਕੀਤਾ ਜਾ ਸਕਦਾ। ਜ਼ਰੂਰ ਹੈ ਕਿ ਇੱਦਾਂ ਦੇ ਮਾਮਲਿਆਂ ਦੇ ਬਾਰੇ ਦੇ ਵਿੱਚ ਜਿੰਨੇ ਵੀ ਉੱਦਮ ਹੁੰਦੇ ਬਾਰੇ ਸੁਚੇਤ ਰਹੀਏ, ਉਹਨਾਂ ਨੂੰ ਆਮ ਗੱਲਬਾਤ ਦਾ ਹਿੱਸਾ ਬਣਾਈਏ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਜਿਹੜੀ ਆ ਉਹ ਪਹੁੰਚੇ ਤੇ ਕਿਉਂਕਿ ਇਹੋ ਜਿਹੇ ਮਸਲਿਆਂ ਨੂੰ ਮੈਂ ਦੁਬਾਰਾ ਕਹਿੰਦਾ ਵੀ ਜੇ ਕਰਾਂਗੇ ਤਾਂ ਹੋਰ ਭਿਆਨਕ ਰੂਪ ਦੇ ਵਿੱਚ ਸਾਹਮਣੇ ਆਉਣਗੇ। ਤੋ ਮੁੱਢਲੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਘੱਟੋ ਘੱਟ ਇਹ ਆ ਕਿ ਇਹਨਾਂ ਦੇ ਬਾਰੇ ਦੇ ਵਿੱਚ ਆਪਣਾ ਕੰਸਰਨ ਘੱਟੋ ਘੱਟ ਉਹ ਜ਼ਰੂਰ ਜਿਹੜਾ ਹੈਗਾ ਉਹ ਜਿਤਾਉਣਾ ਚਾਹੀਦਾ। ਬਿਲਕੁਲ ਪਰਮਜੀਤ ਸਿੰਘ ਜੀ, ਇਸ ਗੱਲ ਨਾਲ ਤਕਰੀਬਨ ਸਾਰੇ ਹੀ ਮੈਂ ਸਮਝਦਾ ਸਹਿਮਤ ਹੋਣਗੇ ਤੇ ਅੰਤ ਦੇ ਵਿੱਚ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਰਸ, ਇਹ ਸਨ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ, ਜਿਨ੍ਹਾਂ ਨਾਲ ਅੱਜ ਅਸੀਂ ਪੰਜਾਬ ਦੇ ਵਿੱਚ ਜੋ 80ਵੇਂ ਅਤੇ 90ਵੇਂ ਦੇ ਦਹਾਕੇ ਦੇ ਵਿੱਚ ਫੋਰਸਡ ਡਿਸਅਪੀਅਰੈਂਸਿਸ ਹੋਈਆਂ, ਫੇਕ ਇਨਕਾਊਂਟਰਸ ਬਣਾਏ ਗਏ, ਹਿਊਮਨ ਰਾਈਟਸ ਵਾਇਓਲੇਸ਼ਨਸ ਹੋਈਆਂ, ਉਸ ਬਾਬਤ ਅੱਜ ਅਸੀਂ ਗੱਲਬਾਤ ਕੀਤੀ ਹੈ। ਹਾਲਾਂਕਿ ਜਿਹੜੀ ਪੀਪਲਸ ਟ੍ਰਿਬਿਊਨਲ ਦੀ ਇਹ ਰਿਪੋਰਟ ਹੈ ਇਹਦਾ ਇੱਕ ਹਿੱਸਾ ਹੀ ਅਜੇ ਸਾਹਮਣੇ ਆਇਆ। 10 ਤਰੀਕ ਨੂੰ ਆਉਂਦੀ 10 ਦਸੰਬਰ ਨੂੰ ਪੂਰੀ ਜਿਹੜੀ ਰਿਪੋਰਟ ਹੈ ਉਹ ਦਿੱਲੀ ਦੇ ਵਿੱਚ ਇਸ ਟ੍ਰਿਬਿਊਨਲ ਵੱਲੋਂ ਜਾਰੀ ਕੀਤੀ ਜਾਣੀ ਹੈ। ਸੋ ਅਗਲੇ ਹਫ਼ਤੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ
ਰਿਪੋਰਟ ਦੇ ਬਾਹਰ ਆਉਣ ਤੋਂ ਬਾਅਦ ਕੰਪਲੀਟ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਅਸੀਂ ਤੁਹਾਡੇ ਨਾਲ ਉਹਦੇ 'ਤੇ ਵੀ ਗੱਲਬਾਤ ਕਰੀਏ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈੱਸ 'ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।